ਬੋਹੇ ਵਿੱਚ ਆਏ ਹੋਏ ਹਾਂ। ਬੋਹਾ ਹਰਿਆਣਾ ਅਤੇ ਆਪਣੀ ਹੱਦ 'ਤੇ ਪੈਂਦਾ, ਪੰਜਾਬ ਦੇ ਹਰਿਆਣੇ ਦੇ ਹੱਦ 'ਤੇ ਪਿੰਡ ਪੈਂਦਾ ਜਿੱਥੇ ਅੱਜ ਟੂਰਨਾਮੈਂਟ ਹੈ। ਸੋ ਮੈਂ ਇਸ ਟੂਰਨਾਮੈਂਟ 'ਤੇ ਪਹਿਲੀ ਵਾਰ ਆਇਆ, 11:30 ਹੋ ਗਿਆ, ਇੱਧਰ ਮੁੜ ਗਿਆ। 75 ਦੇ ਮੈਚ ਹੋਣਗੇ, ਬੱਬਾ ਫਿਰਦਾ ਹਰਿਆਊ ਵਾਲਾ, ਉਹ ਸਾਹਮਣੇ ਮਾਰ ਕੁੱਲਰੀਆਂ ਦੀ ਟੀਮ ਫਿਰਦੀ, ਕੁੱਲਰੀਆਂ ਦੀ ਬਬਲੀ ਕੁੱਲਰੀਆਂ ਕਿਵੇਂ ਹੈ? ਠੀਕ ਆ, ਸਿਮਰੀ ਪਰਿਵਾਰ ਸਾਡਾ ਕੈਮਰਾ ਵਾਲਾ, ਆ ਸਾਡਾ ਸਿਮਰੀ ਆ ਚੀਮੇ ਵਾਲਾ, ਬਲੌਗ ਬਣਾ ਰਹੇ ਆਪਾਂ। ਖੇਡਣ ਆਏ ਹੋ ਅੱਜ? ਕੀ ਚੀਜ਼ ਖੇਡਣ ਆਏ ਅੱਜ? ਮੈਂ ਕੁੱਲਰੀਆਂ ਚ ਬਾਈ। ਅੱਛਾ ਅੱਛਾ, ਹੋਰ ਕਿਹੜਾ ਬੰਦਾ? ਤੇ ਬਾਬਾ ਹਰਿਆਊ ਬਾਈ। ਬਾਬਾ ਹਰਿਆਊ ਤੇ ਠੀਕ ਹੈ, ਹੋਰ ਠੀਕ ਹੈ, ਚੱਲ ਮਿਲਦੇ ਆ ਬਾਈ। ਗਰਾਊਂਡ ਤਿਆਰ ਹੋ ਰਿਹਾ ਅਜੇ, ਸੋ ਅੱਜ ਦੇਖਦੇ ਆ ਵੀ ਇਹ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਪਿੰਡ ਆ ਮਿੱਤਰੋ, ਬੋਹਾ, ਬੋਹਾ ਸ਼ਹਿਰ ਲਾ ਲਓ, ਕਸਬਾ ਕਹਿ ਲਈਏ, ਪਿੰਡ ਕਹਿ ਲਈਏ। ਸਾਹਮਣੇ ਸ਼ਮਸ਼ਾਨ ਘਾਟ ਹੈ, ਇਹਨਾਂ ਤੀਰ ਕਦੇ ਚੱਲੇ ਨਾ ਕਮਾਨ ਤੋਂ ਬਿਨਾਂ, ਮੁੱਕਣੇ ਨਾ ਕੰਮ ਸ਼ਮਸ਼ਾਨ ਤੋਂ ਬਿਨਾਂ। ਆਹ ਸ਼ਮਸ਼ਾਨ ਘਾਟ ਹੈ, ਆਪਾਂ ਸਾਰਿਆਂ ਨੇ ਇੱਥੇ ਆਉਣਾ। ਗਰਾਊਂਡ ਦੇ ਵਿੱਚ ਆ ਜਾਣਗੇ ਬਹਾਦਰਪੁਰ ਵਾਸੀ ਵਿੱਚ ਚਨਹੀਰ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜ ਖੀਵਾ ਜੀ ਪੁੱਜੇ ਹੈ, ਉਹਨਾਂ ਦੇ ਵਣਜਾਰੇ ਇਹਨਾਂ ਖੇਡ ਮੇਲਿਆਂ ਦੇ ਵਿੱਚ ਆਪਣੀ ਆਵਾਜ਼ ਦਾ ਜਿਹੜਾ ਲੋਹਾ ਮਨਾਉਂਦੇ ਆ ਰਾਜ ਖੀਵਾ ਜੀ। ਸਿਕਰ ਬਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਆਪਣਾ? ਠੀਕ ਆ, ਸਤਿ ਸ਼੍ਰੀ ਅਕਾਲ ਜੀ। ਇੱਧਰ ਸਾਡੇ ਮਾਧੋ ਜੀ ਦੱਸ ਰਹੇ ਨੇ ਵੀ 75 ਦੀਆਂ ਐਂਟਰੀਆਂ ਬੰਦ ਨੇ, ਹੁਣ ਕੋਈ ਵੀ ਟੀਮ ਐਂਟਰ ਨਹੀਂ ਹੋਵੇਗੀ। ਹਾਂਜੀ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਪਲ ਪਲ ਯਾਦ ਕਰਾਂ ਮੈਂ ਤੈਨੂੰ, ਹੋਰ ਨਾ ਦਿਸੇ ਸਹਾਰਾ ਮੈਨੂੰ, ਜਦ ਵੀ ਕੋਈ ਸੰਕਟ ਆਵੇ ਦੇ ਕੇ ਹੱਥ ਬਚਾਈ, ਤੂੰ ਮੇਰਾ ਰਾਖਾ ਸਭ ਨੇ ਛਾਈ। ਕਬੱਡੀ 75 ਕਿਲੋ ਭਾਰ ਵਰਗ ਦੇ ਸਾਰੇ ਖਿਡਾਰੀ ਨੋਟ ਕਰ ਲੈਣ ਜੀ। ਦੋਸਤੋ ਆਪਣੇ ਨਾਲ ਬਹੁਤ ਵਧੀਆ ਜਾਪੀ ਹੈ, ਕਬੱਡੀ 75 ਕਿਲੋ ਵੀ ਖੇਡਦਾ ਤੇ ਓਪਨ ਵੀ ਖੇਡਦਾ, ਭੀਖੀ ਕੋਲੇ ਫਰਮਾਹੀ ਪਿੰਡ ਹੈ, ਕਿਸਨਗੜ੍ਹ ਫਰਮਾਹੀ ਵਾਲਾ ਬਲਕਾਰ ਸਰਾਂ ਸਾਡਾ ਵੀਰ। ਹਾਂ ਬਲਕਾਰ ਬਾਈ, ਆਪਾਂ ਬੈਠੇ ਹਾਂ ਨਾ, ਆਪਾਂ ਕੁਝ ਗੱਲਾਂ ਸਾਂਝੀਆਂ ਕਰਨੀਆਂ, ਕਬੱਡੀ ਚੱਲਦੀ ਹੈ ਨਾ, ਚਲੋ ਮੈਂ ਵੀ ਆਉਣਾ ਹੈ ਨਾ, ਤੁਸੀਂ ਵੀ ਆਉਣੇ ਹੋ, ਕਿਹੜੀਆਂ ਗੱਲਾਂ ਨੇ ਬਾਈ ਕਬੱਡੀ ਵਿੱਚ ਜਿਹੜੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ, ਤੁਹਾਨੂੰ ਕੀ ਲੱਗਦਾ ਵੀ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਜੇ ਇਹ ਚੀਜ਼ ਆਪਾਂ ਦੂਰ ਰੰਗ ਤਾਂ ਕਬੱਡੀ ਉੱਪਰ ਜਾਊਗੀ, ਇਹਦੇ ਕਰਕੇ ਥੱਲੇ ਜਾ ਰਹੀ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ? ਤੁਸੀਂ ਪਲੇਅਰ ਹੋ ਨਾ, ਤੁਸੀਂ ਖੇਡਦੇ ਹੋ। ਠੀਕ ਹੈ ਬਾਈ, ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣੇ ਬਾਈ ਨੇ ਰਾਜ ਬਾਈ ਨੇ ਨਵਾਂ ਚੈਨਲ ਬਣਾਇਆ ਹੈਗਾ, ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਬਹੁਤ ਵਧੀਆ ਚੈਨਲ ਬਣਾਇਆ ਬਾਈ ਨੇ, ਵਧੀਆ ਕਮੈਂਟੇਟਰ ਨੇ ਆਪਣੇ ਇਲਾਕੇ ਦੇ ਬਾਈ ਬਾਈ। ਬਸ ਆਹੀ ਗੱਲਾਂ ਨੇ, ਕਬੱਡੀ 'ਚ ਜਿਵੇਂ ਹਨੇਰਾ ਜ਼ਿਆਦਾ ਹੋ ਜਾਂਦਾ ਹੈ ਨਾ, ਅਤੇ ਹਨੇਰਾ ਬਹੁਤ ਹੋ ਜਾਂਦਾ, ਇਸ ਕਰਕੇ ਐਕਸੀਡੈਂਟ ਬਹੁਤ ਹੋ ਰਹੇ ਨੇ ਬਾਈ, ਹੈ ਨਾ, ਸਹੀ ਦੇਖ, ਬਾਕੀ ਸਾਰੇ ਦੇਖ ਹੀ ਰਹੇ ਆ। ਹਾਂਜੀ ਬਾਈ, ਇਹ ਚੱਕਰ ਬਹੁਤ ਵੱਡਾ ਕਬੱਡੀ ਦਾ, ਹੁਣ ਤਾਂ ਸਾਰਿਆਂ ਦਾ ਬਾਕੀ ਦਿਨੇ ਟੂਰਨਾਮੈਂਟ ਚੱਲਦੇ ਆ, ਛੇਤੀ ਸਮਾਪਤ ਹੋਣ ਲੱਗ ਗਏ, ਹੁਣ ਤਾਂ ਬਾਈ 7 ਵਜੇ ਵੀ ਹੋ ਜਾਂਦੇ, ਬਹੁਤ ਵਧੀਆ ਗੱਲ ਆ। ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਸਾਰੀਆਂ ਕਮੇਟੀਆਂ ਨੂੰ ਵੀ 7 ਵਜੇ ਦਾ ਲਗਭਗ ਕਬੱਡੀ 'ਚ ਫਾਈਨਲ ਹੋ ਜਾਣਾ ਚਾਹੀਦਾ, ਬੇਟਾ ਚਾਹੇ ਓਪਨ ਆ ਬਾਈ ਜੀ। ਸਹੀ ਗੱਲ ਆ, ਸਹੀ ਗੱਲ ਆ। ਸੋ ਬਾਈ ਹੋਰ ਤੁਹਾਨੂੰ ਕੀ ਲੱਗਦਾ ਵੀ ਰੈਫਰੀਆਂ ਦੇ ਆਹ, ਯਾਨੀ ਕਿ ਤੁਸੀਂ ਸਾਡੇ ਬਾਰੇ ਵੀ ਦੱਸ ਦਿਓ ਵੀ ਤੁਸੀਂ ਬੋਲਦੇ ਹੋ ਤੁਹਾਡੇ 'ਚ ਆਹ ਘਾਟਾਂ ਨੇ ਜਾਂ ਰੈਫਰੀਆਂ 'ਚ ਇਹ ਘਾਟਾਂ ਨੇ, ਜਾਂ ਟੂਰਨਾਮੈਂਟ ਕਮੇਟੀ ਨੂੰ ਕੀ ਕਹਿਣਾ ਚਾਹੁੰਦੇ, ਸੰਦੇਹਾਂ ਤੁਸੀਂ ਲਾਉਣਾ ਚਾਹੁੰਦੇ, ਕੋਈ ਸੁਨੇਹਾ ਲਾਉਣਾ ਚਾਹੁੰਦੇ ਕਮੇਟੀ ਨੂੰ ਵੀ ਆਹ ਨਹੀਂ ਕਰਨਾ ਚਾਹੀਦਾ ਜੀ, ਇੱਦਾਂ ਰੂਲ ਹੋਣੇ ਚਾਹੀਦੇ ਕਮੇਟੀ ਦੇ, ਜਾਂ ਇੱਦਾਂ ਕੋਈ ਉਹ ਬਣਨਾ ਚਾਹੀਦਾ? ਰੈਫਰੀ ਤੇ ਕਮੈਂਟੇਟਰਾਂ ਦਾ ਵੀਰ ਕੋਈ ਘਾਟ ਨਹੀਂ, ਬਹੁਤ ਵਧੀਆ ਸਾਰੇ ਆਪਣੇ ਭਰਾ ਨੇ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਬੱਡੀ ਓਪਨ ਦੀਆਂ ਟੀਮਾਂ ਬਾਰੇ, ਜਦੋਂ ਆਪਾਂ ਖੇਡਦੇ ਹਾਂ ਅਸੀਂ ਓਪਨ ਖੇਡਣ ਜਾਂਦੇ ਹਾਂ ਤੂੰ ਬਾਈ, ਹੈ ਨਾ, ਹਾਂਜੀ ਬਾਈ, ਨਵੀਆਂ ਟੀਮਾਂ ਨੂੰ ਕੋਈ ਵੀ ਕਿਰਾਇਆ ਨਹੀਂ ਦਿੱਤਾ ਜਾਂਦਾ ਬਾਈ, ਹੈ ਨਾ, ਕਈ ਵਾਰ ਤਾਂ ਗੱਲ ਵੀ ਕਰ ਲੈਂਦੇ ਕਿਰਾਏ ਦੀ, ਹਾਲਾਂਕਿ ਬਿਲਕੁਲ, ਤੇ ਬਾਈ ਕਿਰਾਇਆ ਨਹੀਂ ਦਿੱਤਾ ਜਾਂਦਾ, ਉਹ ਬਹੁਤ ਮਾੜੀ ਗੱਲ ਆ ਬਾਈ। ਸਹੀ ਗੱਲ ਹੈ ਬਾਈ, ਜਿਹੜੀਆਂ ਤਗੜੀਆਂ ਟੀਮਾਂ ਨੇ ਨਾਲੇ ਉਹ ਕਿਰਾਇਆ ਲੈ ਕੇ ਜਾਂਦੀਆਂ ਨੇ ਬਾਈ ਜੀ, ਹਾਂਜੀ ਬਾਈ, ਤੇ ਨਾਲੇ ਉਹ ਜਿੱਤ ਕੇ ਜਾਂਦੀਆਂ ਨੇ, ਨਾਲੇ ਜਿੱਤ ਕੇ ਜਾਂਦੀਆਂ, ਚਲੋ ਤਗੜਾ ਮਾੜਾ ਤਾਂ ਪਰਮਾਤਮਾ ਦੀ ਕਿਰਪਾ ਹੈ, ਤਾਂ ਕਿਸੇ ਤੇ ਵੀ ਹੋ ਸਕਦੀ ਹੈ ਬੰਦਾ, ਤਗੜਾ ਮਾੜਾ ਤਾਂ ਕਦੋਂ ਵੀ ਹੋ ਸਕਦਾ, ਤਾਂ ਸਮਾਂ ਹੈ ਨਾ ਵੀਰੇ। ਹਾਂਜੀ ਹਾਂਜੀ, ਪਰ ਨਵੇਂ ਜਿਹੜੀਆਂ ਟੀਮਾਂ ਨੇ ਉਹਨਾਂ ਦਾ ਹੱਕ ਬਣਦਾ ਵੀਰੇ ਕਿਰਾਇਆ ਭੜਾ ਦੇਣ ਦਾ, ਹੈ ਨਾ, ਉਹ ਮੈਚ ਖੇਡਣਾ,
हालांकि असीं क्वार्टर फाइनल सैमी तक वग जाने बहुत सोहने तगड़ी तगड़ी टीम हराने बी जी यही गल नहीं है ना चलो फिर भी एक गल होर भी प्रदर्शन देख के किराया देना चाहिए टीम बी जी हूँ कई बार किराए से सद के 10-20 हज़ार स्पॉन्सर कर देने अपनी टीम पहला मैच हार जाती चलो तो गेम है ना बलकार किशनगढ़ फरमाही विचार साझे किए सो दोस्तों लाइव टूर रोज ही देखते हो ना ये 1-2-3 वाले ने गड्डी है जी तो लाइव चलना टूरनामेंट अपना भरा है ऑपरेटर है गैवी छोटा भाई अपना होर गैवी की हाल आ चढ़ दी कला ओके कम।